ਇਸ ਤੋਂ ਇਲਾਵਾ ਮੇਲੇ ਦੇ ਬਹੁਤ ਜ਼ਿਆਦਾ ਸਿੰਗਰ ਕੀਤੀ ਹੈ ਉਹ ਇੱਕ ਮੈਂ ਕੋ ਪਤਾ ਔਰ ਰੱਬ ਦੀ ਜ਼ਾਤ ਕੋ ਪਤਾ ਹੈ ਕਿਉਂਕਿ ਉਹ ਬੰਦੇ ਕੋ ਪਤਾ ਹੁੰਦਾ ਹੈ ਪਤਾ ਕਾਮ ਕਰ ਰਿਹਾ ਹੈ ਬਸ ਹੁਣ ਸਪੈਸ਼ਲੀ ਇੱਕ ਰਿਕੁਐਸਟ ਹੈ ਕਿ ਜਿਹੜੇ ਸਾਰੇ ਕਸੂਰ ਦੇ ਵਿਆਹ ਦੇ ਜਿਹੜੇ ਕਿ ਗੇਮਾਂ ਦੇ ਵਿੱਚ ਹਿੱਸਾ ਨਹੀਂ ਗਿੰਦੇ ਉਹਨਾਂ ਕੋ ਸਪੈਸ਼ਲੀ ਗੁਜ਼ਾਰਿਸ਼ ਹੈ ਜਿਵੇਂ ਕਿ ਹਾਜੀ ਖੈਲ ਹੈ ਦਰਬ ਹੈ ਮੌਲਿਆ ਲਸ਼ਾਰ ਹੈ ਇਵਿਆਰ ਖਲ ਖੈਲ ਹੈ ਮਤੀ ਖੈਲ ਹੈ ਉਹ ਗੇਮ ਵਿੱਚ ਹਿੱਸਾ ਨਹੀਂ ਗਿੰਦੇ ਪਏ ਫਿਲਹਾਲ ਤਾਂ ਮੈਂ ਤੁਹਾਨੂੰ ਸਪੈਸ਼ਲੀ ਗੁਜ਼ਾਰਿਸ਼ ਕਰੀ ਸਾਂ ਕਿ ਨੈਕਸਟ ਈਅਰ ਤੋਂ ਸਭ ਤਿਆਰੀ ਕਰੋ ਇਨਸ਼ਾਅੱਲਾ ਗੇਮਾਂ ਚ ਹਿੱਸਾ ਗਿੰਦਾ ਕਰੋ ਇਹ ਤੁਹਾਡਾ ਆਪਣੇ ਸਕਾਫਤ ਹੈ ਤੁਹਾਡਾ ਆਪਣਾ ਕਸੂਰ ਦਾ ਮੇਲਾ ਹੈ ਇਸ ਦੇ ਵਿੱਚ ਮੈਂ ਕੋ ਤਾਂ ਬਿਲਕੁਲ ਫਖਰ ਹੁੰਦਾ ਹੈ ਕਿ ਯੂਸੀ ਦਾ ਮੇਲਾ ਹੈ ਕੋਈ ਵੀ ਜਿੱਤੀ ਤਾਂ ਕਸੂਰ ਜਿੱਤੀ ਸਾਰੇ ਕੋਲ ਖਿਲਾਣਾ ਜਿੱਤੀ ਹੈ ਖਿਲਾਣੇ ਯੂਸੀ ਦਾ ਜਾਂ ਜਿਸਨੇ ਕਾਲਾ ਜਾਂ ਬਾਹਰ ਦਾ ਬੰਦਾ ਜਿੱਤ ਕੇ ਗਿਆ ਹੈ ਇਹ ਕੁਝ ਵੀ ਇਨਾਮ ਦੇਣਾ ਤੇ ਆਪਣੇ ਬਾਲਾਂ ਨੂੰ ਦੇਣਾ ਅਗਲੀ ਜਿੰਨੇ ਵੀ ਐਕਟੀਵਿਟੀਜ਼ ਹੈ ਨਾ ਸਿਰਫ ਔਰ ਸਿਰਫ ਫਕਰ ਖਸੋਰਾ ਵਾਸਤੇ ਹੈ ਨਾ ਖਸੋਰਾ ਸਹੀ ਔਰ ਕੌਮ ਜਿਹੜੀ ਹੁੰਦੀ ਹੈ ਉਹ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਇਸ ਵਾਸਤੇ ਆਪਣੀ ਕੌਮ ਦਾ ਲੋਹਾ ਮਨਵਾਉਣ ਵਾਸਤੇ ਇਹਨਾਂ ਸਟਾਫ ਦੀ ਸਰਗਰਮੀਆਂ ਚ ਹਿੱਸਾ ਗਿੰਦਾ ਕਰੋ ਕਿਉਂਕਿ ਅਕਸਰ ਤੁਹਾਨੂੰ ਪਤਾ ਹੈ ਕਿ ਭਾਈ ਸਪੋਰਟਸ ਦੇ ਵਾਸਤੇ ਆਖਾ ਲੈਂਦਾ ਹੈ ਕਿ ਜਿਹੜੇ ਦਿਹਾਤ ਦੇ ਜਾਂ ਜਿਹੜੇ ਮੁਲਕ ਦੇ ਖੇਤ ਦੇ ਗਰਾਊਂਡ ਆਬਾਦ ਹੋ ਰਹੇ ਨੇ ਉਹਨਾਂ ਦੇ ਹਸਪਤਾਲ ਵਿਰਾਨ ਹੋ ਗਏ ਤਾਂ ਇੱਕ ਹੈਲਥੀ ਮੁਆਸ਼ਰੇ ਵਾਸਤੇ ਸਪੋਰਟਸ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਇਨਸ਼ਾਅੱਲਾ ਤਾਲਾ ਹੁਲ ਅਜ਼ੀਜ਼ ਸ਼ੈਡੂਲ ਮੈਂ ਇਨਸ਼ਾਅੱਲਾ ਬਜ਼ਰੀਆ ਸੋਸ਼ਲ ਮੀਡੀਆ ਇਨਸ਼ਾਅੱਲਾ ਠੀਕ ਵੀ ਆ ਤੈ ਦੇ ਅਨਾਉਂਸ ਕਰਦੇ ਸਾਂ ਤੇ ਬਾਕੀ ਟੀਮਾਂ ਨੂੰ ਗੁਜ਼ਾਰਿਸ਼ ਹੈ ਕਿ ਬੰਦਾ ਹੱਥ ਫੇਰ ਸ਼ਾਬਾਸ਼ ਫਕੀਰ ਵਾਲਾ ਤੇ ਦਾਦਾ ਫਕੀਰ ਹੋਏ ਨੇ ਤੂੰ ਫਕੀਰ ਬਣ ਕੇ ਦਿਖਾ ਜਿਹੜਾ ਪਤਲਾ ਖਿਲਾੜੀ ਹੈ ਬਾਕੀ ਤਾਂ ਐਸੇ ਹੀ ਬੰਦਾ ਮੂਸਿਆਂ ਦੀ ਕਰੈਸ਼ ਤੂੰ ਅੱਜ ਬੰਦਾ ਬਿਲਡੋਲਰ ਚਾ ਖਿਲਾਇਆ ਬਾਕੀ ਗਈ ਹੈ ਸ਼ਾਬਾਸ਼ ਬਾਕੀ ਓਪਨ ਕੁਸ਼ਤੀ ਲੜੈ ਮੈਂ ਡਾਕ ਦੇ ਸਾਂ।